ਉੱਥੋਂ ਦੋ ਲੇਲੇ ਲਿਆ ਫੜ ਕੇ ਮੁੰਡਿਆ, ਦੋ ਲੇਲੇ ਹੈ, ਦੋ ਕੱਠੇ ਟਪਾਉਣੇ, ਦੋ ਕੱਠੇ ਟਪਾਉਣੇ। ਅੱਲਾ ਦੇ ਕਹਿੰਦਾ ਮੈਂ ਰੋਜ਼ ਸੁਣਦਾ ਲੇਲਾ ਟੱਪਦਾ, ਲੇਲਾ ਟੱਪਦਾ। ਅੱਛਾ ਇਹ ਦਿਖਾਈਏ ਤਾਂ ਸਹੀ ਲੇਲਾ ਕਿੱਦਾਂ ਟੱਪਦਾ। ਅੱਛਾ ਲੇਲਾ ਇਹ ਟੱਪਦਾ, ਇੰਝ ਟੱਪਦਾ, ਦੋ ਕੱਠੇ ਜੋੜ ਕੇ ਨਗਾਉਣੇ। ਖੈਰ ਹੋ ਗਈ, ਖੈਰ। ਘੋੜੀ ਨੂੰ ਮਾਸ਼ਾਅੱਲਾ 8ਵਾਂ ਮਹੀਨਾ ਲੱਗਿਆ ਜੀ। ਤਿਆਰ ਆ ਅਲਹਮਦੁਲਿਲਾ, ਘੋੜੀ ਤਾਂ ਨਾ ਹੋਈ ਟੈਂਕ ਹੋਇਆ ਹੈ। ਵਾਹ ਘੋੜੀ ਵਾਹ, ਅਜੇ ਲਵੀ ਘੋੜੀ ਹੈ, ਕਾਲਕਾਂ ਸਿਆਹੀ ਹਰ ਸ਼ਹਿ ਲਈ ਫਿਰਦੀ। ਅਸਲਾਮ ਅਲੈਕੁਮ ਬੇਲੀਓ, ਕੀ ਹਾਲ ਚਾਲ ਹੈ? ਖੈਰ ਖਰੀਅਤ ਨਾਲ ਹੈਗੀ, ਉਮੀਦ ਕਰਾਂਗਾ ਕਿ ਸਾਰੇ ਵੇਖਣ ਵਾਲੇ ਠੀਕ ਠਾਕ ਔਰ ਖਰੀਅਤ ਨਾਲ ਹੋਣਗੇ। ਦੋਸਤੋ ਅੱਜ ਅਸੀਂ ਮੌਜੂਦ ਹੈਗੇ ਹਾਂ ਚੱਕ ਨੰਬਰ 94 ਜੀਮਬੇ ਗੋਜਰਾ ਦੇ ਵਿੱਚ, ਔਰ ਮਾਸ਼ਾਅੱਲਾ ਨਿਹਾਇਤ ਖੂਬਸੂਰਤ ਜਾਨਵਰ ਨੇ, ਦੋਸਤਾਂ ਨੂੰ ਵਿਖਾਉਂਦੇ ਹਾਂ, ਡਿਟੇਲ ਸ਼ੇਅਰ ਕਰਦੇ ਹਾਂ, ਰਾਬਤਾ ਨੰਬਰ ਸ਼ੇਅਰ ਕਰਦੇ ਤੇ ਹਮੇਸ਼ਾ ਦੀ ਤਰ੍ਹਾਂ ਘੋੜੀਆਂ ਵਾਸਤੇ, ਘੋੜਿਆਂ ਵਾਸਤੇ ਖਾਸ ਮਸਾਲਾ ਉਸਤਾਦ ਜੀਵਨ ਹਯਾਤ ਚੰਮੜ ਸਾਹਿਬ ਦਾ ਅਦਮੁੱਦਾ ਨੁਸਖਾ, ਉਹ ਤਿਆਰ ਹੈ ਜਿਸ ਦੋਸਤ ਨੂੰ ਚਾਹੀਦਾ। ਵੀਡੀਓ ਦੇ ਸਟਾਰਟ ਦੇ ਵਿੱਚ ਮੇਰਾ ਨੰਬਰ ਹੈ, ਔਰ ਇਹ ਆਰਡਰ ਤੁਸੀਂ ਮੈਨੂੰ ਮੇਰੀ ਵੈਬਸਾਈਟ pind34.com ਤੇ ਵੀ ਕਰ ਸਕਦੇ ਹੋ। ਅਲਹਮਦੁਲਿਲਾ ਪਿਛਲੀ ਵੀਡੀਓ ਦੇ ਵਿੱਚ ਦੱਸਿਆ ਜੀ, ਔਰ ਦੋਸਤਾਂ ਦੇ ਆਰਡਰ ਆਉਣੇ ਸ਼ੁਰੂ ਹੋ ਗਏ ਹਨ, pind34.com ਦੇ ਉੱਤੇ ਵੀ ਕਰ ਸਕਦੇ ਹੋ, ਤੇ ਮੇਰਾ ਮੋਬਾਈਲ ਨੰਬਰ ਵੀ ਵੀਡੀਓ ਦੇ ਸਟਾਰਟ ਦੇ ਵਿੱਚ ਲਿਖਿਆ। ਕੋੜੀਆਂ ਵੇਨੇ ਆ, ਡਿਟੇਲ ਸ਼ੇਅਰ ਕਰਦੇ ਹਾਂ, ਰਾਬਤਾ ਨੰਬਰ ਸ਼ੇਅਰ ਕਰਦੇ ਹਾਂ। ਹਾਂਜੀ ਦੋਸਤੋ, ਚਿਸ਼ਤੇ ਗੁੱਜਰ ਸਾਹਿਬ ਦੀ ਸਾਵੀ 5 ਕਲਿਆਣ ਘੋੜੀ ਹੈ ਜੀ, ਘੋੜੀ ਤਾਂ ਨਾ ਹੋਈ ਟੈਂਕ ਹੋਇਆ ਹੈ। ਵਾਹ ਘੋੜੀ ਵਾਹ। ਅੱਛਾ ਦੋਸਤੋ, ਗੱਲ ਇਹ ਆ ਵੀ ਮੇਰੀਆਂ ਤਾਰੀਫਾਂ ਆਪਣੀ ਜਗ੍ਹਾ ਦੇ ਉੱਤੇ, ਹਰ ਦੋਸਤ ਆਪਣੀ ਨਜ਼ਰ ਨਾਲ ਵੇਖ ਲੈਣੀ ਹੈ, ਤੇ ਮਾਸ਼ਾਅੱਲਾ ਜਾਨਵਰ ਵੀ ਤੁਹਾਨੂੰ ਨਜ਼ਰ ਆਉਂਦਾ ਪਿਆ। ਇਹੋ ਜਿਹੀ ਘੋੜੀ ਯਾ ਤਾਂ ਮੀਆਂ ਨਜ਼ਫ ਫੱਟੀ ਦੀ ਪਿੰਡੀ ਪੱਟੀਆਂ ਵੇਖੀ ਆ, ਤੇ ਯਾ ਅੱਜ ਇਹ ਮੈਂ ਵੇਖੀ ਹੈ। ਵਾਹ ਘੋੜੀ ਵਾਹ, ਵਾਹ ਘੋੜੀ ਵਾਹ। ਚਲੋ ਜੀ, ਇਹਦੇ ਤੁਹਾਨੂੰ ਮੁਕੰਮਲ ਇਹਦੀ ਡਿਟੇਲ, ਚਿਸ਼ਤੀ ਸਾਹਿਬ ਇੱਥੇ ਲਿਆ ਕੇ ਡੱਕੋ ਨਜ਼ਰ ਆ ਇਹਨੂੰ, ਇਹਦੇ ਜ਼ਰਾ ਨਿਗਾਹ ਮਰਾਈ ਹੈ ਘੋੜੀ ਨੂੰ। ਬਸ 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 ਬਸ। ਹਾਂਜੀ ਦੋਸਤੋ, ਘੋੜੀ ਨੂੰ ਨਜ਼ਰ ਮਾਰੋ, ਕੰਨ, ਕਨੋਤੀ, ਅੱਖਾਂ, ਬੁੱਥੀ ਘੋੜੀ ਦੀ, ਸੀਨਾ ਘੋੜੀ ਦਾ। ਹਾਂਜੀ, ਉੱਥੋਂ ਦੋ ਲੇਲੇ ਲਿਆ ਫੜ ਕੇ ਮੁੰਡਿਆ, ਦੋ ਲੇਲੇ ਹੈ, ਦੋ ਕੱਠੇ ਟਪਾਉਣੇ, ਦੋ ਕੱਠੇ ਟਪਾਉਣੇ। ਅੱਲਾ ਦੇ ਕਹਿੰਦਾ ਮੈਂ ਰੋਜ਼ ਸੁਣਦਾ ਲੇਲਾ ਟੱਪਦਾ, ਲੇਲਾ ਟੱਪਦਾ। ਅੱਛਾ ਇਹ ਦਿਖਾਈਏ ਤਾਂ ਸਹੀ ਲੇਲਾ ਕਿੱਦਾਂ ਟੱਪਦਾ। ਅੱਛਾ ਕਹਿੰਦਾ ਵੇ ਲੇਲਾ ਇਹ ਟੱਪਦਾ, ਇੰਝ ਟੱਪਦਾ, ਦੋ ਕੱਠੇ ਜੋੜ ਕੇ ਨਗਾਉਣੇ। ਖੈਰ ਹੋ ਗਈ, ਖੈਰ ਹੋ ਗਈ, ਮਾਸ਼ਾਅੱਲਾ। ਸੌਂਬ ਗਮਚੀ ਨੂੰ ਨਜ਼ਰ ਮਾਰੋ ਜੀ, ਜੋੜ ਮੁੱਠਿਆਂ ਨੂੰ ਨਜ਼ਰ ਮਾਰਨੀ ਹੈ, ਤਲੀ ਤਰ੍ਹਾਂ ਤਨਖਾਹ ਤਲੀ ਤਰ੍ਹਾਂ। ਚਿਸ਼ਤੀ ਦਿਲ ਕਰਦਾ ਬੰਦਾ ਇਹ ਤਾਂ ਵੇਖ ਹੀ ਰੱਖੇ ਘੋੜੀ ਨੂੰ। ਹੈ ਅੱਲਾ ਦੇ ਹੁਕਮ ਹੈ ਜੀ, ਮਾਸ਼ਾਅੱਲਾ ਹੈ ਤਾਂ ਕਿਹਨੂੰ, ਦਿਲ ਕੱਢ ਕੇ ਲਿਆਂਦਾ ਹੈ, ਹਾਂ ਖਲਿਆਈ ਕਿਸੇ ਦਾ। ਇਹ ਜੀ ਭਰਾਵਾਂ ਦੀਆਂ ਦੁਆਵਾਂ ਨਾਲ ਹੀ ਆ ਤੇ ਉਹਨਾਂ ਦੀਆਂ ਫਰਮਾਇਸ਼ਾਂ ਤੇ। ਅੱਛਾ ਹਾਂਜੀ, ਜਿਹੜੀ ਚੀਜ਼ ਆਪ ਨੂੰ ਚੰਗੀ ਲੱਗੀ ਨਾ ਜੀ, ਹਾਂਜੀ, ਉਹ ਇਨਸ਼ਾਅੱਲਾ ਭਰਾਵਾਂ ਨੂੰ ਸ਼ੌਕ ਕਰਾਵਾਂਗੇ। ਅੱਛਾ, ਚਿਸ਼ਤੀ ਇਹਦੀ ਚੜੀ ਚੜੀ ਵਿਖਾਉਣੇ, ਵਿਖਾ ਦੇ ਚੜੀ ਇਹਦੀ, ਚੈੱਕ ਕਰਾ ਦੇ, ਫਿਰ ਇਹਦੀ ਡਿਟੇਲ ਆਪਾਂ ਲੈਣੇ ਆ। ਮਾਸ਼ਾਅੱਲਾ ਜੀ ਘੋੜੀ, ਇਹ ਤਾਂ ਘੋੜੀ ਤਾਂ ਨਾ ਮਲੂਮ ਹੁੰਦੀ ਹੈ, ਖਲੋਤੀ ਮੱਝ ਲੱਗਦੀ ਪਈ ਹੈ। ਵਾਹ ਘੋੜੀ ਵਾਹ। ਚਲੋ ਜੀ, ਇਹਦੇ ਕਰੰਟ ਚੈੱਕ ਕਰਦੇ ਹਾਂ ਜੀ, ਹੁਣ ਚੜੀ ਦੇ ਉੱਤੇ ਇਹਦੇ ਪਤਾ ਲੱਗ ਸੀ ਬਈ ਇਹ ਕੀ ਕਰਦੀ ਹੈ ਸਾਡੇ ਨਾਲ। ਵਾਹ ਘੋੜੀ ਹਾਂਜੀ,
ਇਹਨੂੰ ਆਉਂਦੇ ਆ ਗੋੜੀਆਂ ਦੀ ਜੰਨਤ ਹੈ। ਇੱਕ ਇਹ ਗੋੜੀ ਖਲੋਤੀ ਹੋਈ ਹੈ, ਬਹੁਤ ਵਾਰੀ ਸ਼ੌਕ ਮੈਂ ਵੀਡੀਓ ਦੇ ਵਿੱਚ ਕਰਾ ਚੁੱਕਾ ਦੋਸਤਾਂ ਨੂੰ। ਇੱਕ ਉਹ ਖਲੋਤੀ ਹੋਈ ਹੈ ਤੇ ਥੱਲੇ ਅਸ਼ਕਰ ਗੋੜੇ ਦੀ ਬੱਚੀ ਹੈ, ਇੱਕ ਇਹ ਨੁਕਰੀ ਖਲੋਤੀ ਹੈ, ਇੱਕ ਪਿੱਛੇ ਗੋੜੀ, ਇੱਕ ਉਹ ਸਾਹਮਣੇ ਨੁਕਰੀ, ਮੁਸ਼ਕੀ ਪਾਂਚ ਕਲਿਆਂ, ਫਿਰ ਅੱਗੇ ਗੋੜੀ, ਫਿਰ ਉਹ ਇੱਕ ਗੋੜੀ। ਉਹ ਗੋੜੀ ਤਾਂ ਬਿਲਕੁਲ ਸਸਤੇ ਜਿਹਾ ਮੁੱਲ ਵਾਲੀ ਹੈ, ਅਗਰ ਕੋਈ ਦੋਸਤ ਪੱਠਿਆਂ ਪੁੱਠਿਆਂ ਵਾਸਤੇ ਲਿਜਾਣਾ ਚਾਹੇ ਤਾਂ ਉਹ ਰਾਬਤਾ ਕਰ ਸਕਦਾ। ਇਹ ਨੁਕਰੀ ਗੋੜੀ, ਪੰਜ ਚਾਰ ਗੋੜੀਆਂ ਚਿਸ਼ਤੀ ਸਾਹਿਬ ਦੀਆਂ, ਡੇਰੇ ਵੀ ਖਲੋਤੀਆਂ ਨੇ ਇਹਨਾਂ ਦੇ। ਬਾਕੀ ਜੀ ਇਹ ਗੋੜੀ ਫਾਰ ਸੇਲ ਹੈ, ਔਰ ਇਹ ਗੋੜੀ ਉਹਦੀ ਡਿਟੇਲ ਤੁਹਾਨੂੰ ਬਾਅਦ ਹੀ ਦਿੰਦੇ ਹਾਂ, ਪਹਿਲੇ ਅਸੀਂ ਇਹ ਗੋੜੀ ਚੈੱਕ ਕਰ ਲਈ। ਖਾਲਾ ਧਿਆਨ ਨਾ ਟਪਾਈ ਹੁਣ ਗੱਬਾਂ। ਹਾਂਜੀ ਵਾਹ ਬਾਈ ਵਾਹ, ਰੂਹ ਰਾਜੀ ਕਰਦੇ ਕਰਨਾ। ਚਿਸ਼ਤੀ ਇੱਕ ਗੇੜਾ ਹੋਰ ਕਢਾ ਤੇ ਬਸ ਕਰ, ਇੱਕ ਗੇੜਾ ਹੋਰ ਦਿਵਾ ਇਹਦਾ। ਪਤਾ ਨੀ ਨਦੀਮ ਗੁਜਰ ਤੇ ਲਲਕਰਾ ਨੀ ਮਾਰਦਾ ਘੋੜੀ ਤੇ ਬਹਿ ਕੇ, ਸੌ ਵਾਰੀ ਉਹਨੂੰ ਮਗਿਆ। ਸੌ ਵਾਰੀ ਉਹਨੂੰ ਕਿਹਾ ਵੀ ਲਲਕਰਾ ਮਾਰਿਆ ਕਰ ਘੋੜੀ ਤੇ ਬਹਿ ਕੇ। ਚਿਸ਼ਤੀ ਬਸ ਕਰ ਦੇ, ਚਿਸ਼ਤੀ ਸਾਹਿਬ ਕਾਦ ਕਰੋ ਗੋੜੀ ਦਾ। ਇਹ ਗੋੜੀ ਫੜਾ ਦੇ ਕਿਸੇ ਨੂੰ, ਗੋੜੀ ਫੜਾ ਦੇ ਕਾਦ ਦਾ ਸੀ, ਇਸੇ ਵਾਸਤੇ ਪਧਰੀ ਜਾਤ ਕਰਨ ਲੱਗੀਆਂ ਗਾਹ ਚ ਫੜ ਲਿਆ ਵੀ ਚਲੋ ਬਸ ਬਸ ਗੋੜੀ ਹੈ ਬਸ। ਚਲੋ ਇੱਕ ਰਫ ਆਈਡੀਆ ਦੇਣਾ ਅਸੀਂ, ਭਈਆ ਦੇਖ ਲਓ 60 ਤੋਂ ਵੱਧ ਹੀ ਆ ਪੂਰਾ ਘੱਟ 60 ਇੰਚ ਕਰੋ ਨਾ ਦੋਸਤੋ। ਹਾਂਜੀ ਮਾਸ਼ਾਅੱਲਾ, ਚਲੋ ਜੀ ਇਹਦੀ ਡਿਟੇਲ ਲੈਣੇ ਆ ਆਪਾਂ ਸਿਸਟੀ ਕੋਲੋਂ। ਘੋੜੀ ਦੀ ਤਕਰੀਬਨ 4.5 ਸਾਲ, 4.5 ਸਾਲ ਮੂੰਹ ਪਾਟ ਕਰੋ। ਅਜੇ ਲਵੀ ਘੋੜੀ ਹੈ, ਕਾਲਕਾ ਸਿਆਹੀ ਹਰ ਸ਼ਹਿ ਲਈ ਫਿਰਦੀ। ਅੱਛਾ ਹਾਂ,
ਪੰਜ ਕਲਿਆਣ ਸਾਵੀ ਜੀ, ਦੁਧੀਆ ਸਾਵੀ ਕਹਿ ਲੋ, ਦੁਧੀਆ ਸਾਵੀ ਪੰਜ ਕਲਿਆਣ, ਪੰਜ ਕਲਿਆਣ। ਕੱਦ 60 ਇੰਚ ਹੋ ਗਿਆ ਜੀ। ਚਿਸ਼ਤੀ ਦੇਸੀ ਆ ਗੋੜੀ? ਔਰ ਦੇਸੀ ਜੀ, ਇਹਦੇ ਵਿੱਚ ਤਾਂ ਕੋਈ ਸ਼ੱਕ ਹੀ ਨਹੀਂ ਨਾ ਜੀ। ਅੱਛਾ ਜੀ। ਆ ਕਿਹੜੇ ਮਾਂ ਪਿਓ ਦੀ? ਇਹ ਮਾਂ ਪਿਓ ਸਾਡੇ ਕੋਲੇ ਦੋਸਤ ਨੇ ਜੀ, ਉਹਨਾਂ ਦੇ ਕੋਲੋਂ ਆਈ ਹੈ ਤੇ ਇਹ ਬਰਾਲਾ ਵਾਲੇ ਘੋੜਿਆਂ ਚੋਂ, ਬਰਾਲ ਬਲੱਡ ਲਾਈਨ, ਬਰਾਲ ਬਲੱਡ ਲਾਈਨ ਆ, ਪਿਓ ਵੱਲੋਂ, ਮਾਂ ਵੱਲੋਂ ਹਾਜੀ ਰਸ਼ਾਦ ਵਾਲੀ ਜੀ। ਘੋੜੀ ਨੂੰ ਮਾਸ਼ਾਅੱਲਾ 8ਵਾਂ ਮਹੀਨਾ ਲੱਗਿਆ ਜੀ। ਤਿਆਰ ਆ ਅਲਹਮਦੁਲਿਲਾ। ਇਹ ਨੁਕਰਾ ਘੋੜਾ ਹੈ ਜੀ, ਫਖਰੇ ਗੁਜਰਾਂ ਵਾਲਾ ਜੀ। ਫਖਰੇ ਗੁਜਰਾਂ ਵਾਲਾ ਤੇ ਗੁਜਰਾਂ ਲਈ ਖਲੋਤਾ ਹੋਣਾ ਜੀ, ਇੱਥੇ ਆਇਆ ਅੱਜ ਕੱਲ ਜੀ। 8 ਮਹੀਨਿਆਂ ਦੀ ਗੱਬਣ ਹੈਗੀ ਆ ਫਖਰੇ ਗੁਜਰਾਂ ਵਾਲਾ ਜੀ। ਇਹ ਹੁਣ ਤੁਸੀਂ ਦੱਸੋ ਵੀ ਲੇਲਾ ਟੱਪਦਾ ਜੀ ਇੱਕ ਕਿ ਦੋ ਟੱਪਣਗੇ ਜੇ ਹਜੇ ਵੀ ਨਾ ਲੇਲਾ ਟੱਪਿਆ ਫਿਰ ਤਾਂ ਸਰ ਗਿਆ ਜੀ। ਹਾਂ ਗੱਲ ਤਾਂ ਹੈ ਨਾ, ਵਾਕਈ ਬਈ ਉਹ ਗੱਲ ਇਹ ਆ ਵੀ ਅਸੀਂ ਜਿੰਨੇ ਮਰਜ਼ੀ ਪੁੱਲ ਬੰਨੀ ਜਾਈਏ ਨਾ ਜੀ ਜੀ, ਤੇ ਉਹ ਵੇਖਣ ਵਾਲਿਆਂ ਨੇ ਫੈਸਲਾ ਕਰ ਲੈਣਾ ਜੀ, ਉਹ ਬੜਾ ਅੱਛਾ ਇਨਸਾਫ ਕਰ ਦਿੰਦਾ ਬਿਲਕੁਲ। ਇਹ ਤਾਂ ਮਾਸ਼ਾਅੱਲਾ ਨਜ਼ਰ ਆਉਂਦੀ ਪਈ ਜੀ। ਅੱਛਾ ਇਹ ਦੱਸੋ ਵੀ ਕੋ ਅੱਗੇ ਸੂਆ ਸੂਈ ਹੈ ਗੋੜੀ? ਇੱਕ ਸੂਆ ਸੂਈ ਹੈ ਜੀ, ਦੂਜੇ ਸੂਏ ਅਲਹਮਦੁਲਿਲਾ ਹੁਣ 8ਵੇਂ ਮਹੀਨੇ ਗੱਭਣ ਆ ਗਏ। ਪਹਿਲੇ ਇਹਦੇ ਨੁਕਰਾ ਵਛੇਰਾ ਸੀ, ਥੱਲੇ ਵੀਡੀਓ ਤਸਵੀਰਾਂ, ਹਰ ਬੰਦਾ ਆਂਦਾ ਵੇ ਪਿਛਲੇ ਸੂਏ ਨੁਕਰਾ ਇੱਕ ਹੁੰਦਾ ਵੀ ਹੈ ਯਾਰ, ਅਸੀਂ ਸਬੂਤ ਦਵਾਂਗੇ। ਅੱਛਾ ਵੀਡੀਓ ਤਸਵੀਰਾਂ ਟੋਟਲ ਦਵਾਂਗੇ, ਜੰਮਦੇ ਤੋਂ ਜਵਾਨ ਤੱਕ ਜਾਣੀ। 3 ਮਹੀਨੇ ਦਾ ਹਾਇਆ ਤੇ ਸੇਲ ਕਰਤਾ ਸੀ। ਅੱਛਾ ਜੀ, ਮਤਲਬ ਤੁਹਾਡੇ ਕੋਲ ਵੀਡੀਓ ਮੌਜੂਦ ਹੈ ਉਹਦੀ? ਮੌਜੂਦ, ਹਰ ਤਰ੍ਹਾਂ ਦੀ ਪ੍ਰੂਫ ਮੰਗੇ ਕੋਈ ਦਵਾਂਗੇ ਇਨਸ਼ਾਅੱਲਾ। ਅੱਛਾ ਤੇ ਉਹ 100 ਗਜ਼ ਰਸਾ ਤੇ ਸਿਰੇ ਤੇ ਘਾਟ, ਸਿਰੇ ਤੇ ਗੰਡ, ਗੰਡ ਪਾਉਣ, ਗੰਡ ਜੀ ਮੁਨਾਸਬ ਹੀ ਆ ਭਾਈ ਸਗੀਰ। ਤੁਹਾਨੂੰ ਪਹਿਲੇ ਦੱਸਿਆ ਸੀ ਵੀ ਜਿਹਨੇ ਦਾ ਜਾਨਵਰ ਉਹੀ ਕੀਮਤ, ਇਹ ਅਲਹਮਦੁਲਿਲਾ ਜੋ ਅਗਰ ਮੈਂ ਵੀ ਖਰੀਦ ਕਰਾਂ ਤੇ ਮੈਂ ਵੀ ਆਪਣੇ ਮੁਨਾਸਬ ਕੀਮਤ ਤੇ ਉਸੇ ਹਿਸਾਬ ਨਾਲ ਕਰਾਂਗਾ, ਉਹੀ ਰੇਟ ਅੱਗੇ ਆਪਣੇ ਸ਼ਕੀਨਾਂ ਨੂੰ ਦਵਾਂਗਾ। ਇਹਦਾ 18 ਜੀ, 18 ਲੱਖ ਜੀ, 18 ਲੱਖ ਦੇ ਵਿੱਚੋਂ ਫਿਰ ਹੁਣ ਮੇਰੀ ਇੱਕ ਰਾਇਤ ਵਾਲੀ ਗੱਲ ਵੀ ਹੁੰਦੀ ਹੈ ਨਾਲ ਜੀ ਜੀ, ਇਹ ਤੁਸੀਂ ਰਾਇਤ ਜੇ ਬਣਦੀ ਹੈ ਤੇ ਕਰਾ ਲਓ, ਨਹੀਂ ਤੇ ਰਹਿਣ ਦਿਓ। ਅੱਛਾ ਹਾਂ, ਗੋੜੀ ਤੁਸੀਂ ਵੇਖ ਲਈਏ, ਡਿਟੇਲ ਸਾਰੀ ਦੋਸਤਾਂ ਨਾਲ ਸ਼ੇਅਰ ਹੋ ਗਈ ਹੈ। ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ, ਇਹਦੇ ਨਾਲ ਆਪਣੇ ਵੀਰ ਸਗੀਰ ਅਬਾਸ ਨੂੰ ਦਿਓ ਇਜਾਜ਼ਤ। ਰੱਬ ਰੱਖ।